ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਸਾਰੇ ਠੀਕ ਹਾਂ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ, ਅਤੇ ਮੈਂ ਕਰ ਰਹੀ ਹਾਂ ਸਟਾਰਟ ਅੱਜ ਦਾ ਬਲੌਗ ਸਵੇਰੇ ਦੇ 11:30 ਵਜੇ, ਔਰ ਮੈਂ ਘਰ ਦਾ ਸਾਰਾ ਕੰਮ ਕਰ ਲਿਆ, ਬਸ ਪੋਚਾ ਲਾਉਣਾ ਰਹਿ ਗਿਆ ਅਤੇ ਮੈਂ ਹੁਣ ਪੋਚਾ ਲਾਉਂਗੀ। ਇਸ ਤੋਂ ਬਾਅਦ ਭਾਵਨਾ ਸੋ ਰਹੀ ਆ, ਮਸਾਂ ਹੀ ਸਵਾਈ ਆ, ਉਹ ਬਹੁਤ ਰੋ ਰਹੀ ਸੀ ਜਾਂ ਬਾਹਰ ਜਾ ਰਹੀ ਸੀ ਵਾਰ ਵਾਰ, ਇਸ ਕਰਕੇ ਪਰ ਬਸ ਬਸ ਸੋ ਗਈ, ਇੱਕ ਹਿਸਾਬ ਦੀ ਸੋ ਗਈ ਬਸ। ਉਹ ਤੰਗ ਬਹੁਤ ਕੀਤਾ ਉਹਨੇ, ਅਤੇ ਜਾਨਵੀ ਸਕੂਲ ਚਲੇ ਗਈ ਹੈ, ਇਹਦੇ ਡੈਡੀ ਗਏ ਨੇ ਗੁਆਂਢ 'ਚ ਕਿਤੇ ਕੰਮ ਗਏ ਨੇ। ਚਲੋ ਜੀ ਦੋਸਤੋ, ਮੈਂ ਲਗਾ ਲਿਆ ਪੋਚਾ, ਵੈਸੇ ਸਾਡਾ ਫਰਸ਼ ਐਵੇਂ ਦਾ ਹੀ ਹੈ, ਅਤੇ ਫਿਰ ਮੈਂ ਲਗਾ ਹੀ ਲੈਂਦੀ ਹਾਂ ਕਿਉਂਕਿ ਰੇਤਾ ਰੇਤਾ ਹੋ ਜਾਂਦੀ ਹੈ। ਅਤੇ ਭਾਵਨਾ ਦੇਖ ਲਓ ਸੋ ਰਹੀ ਹੈ, ਪੱਖਾ ਚਲਾ ਰੱਖਿਆ ਮੈਨੇ ਪਰ ਸਮਝ ਨਹੀਂ ਆ ਰਿਹਾ ਵੀ ਇਹਨੂੰ ਠੰਡ ਲੱਗ ਰਹੀ ਹੈ ਜਾਂ ਗਰਮੀ ਲੱਗ ਰਹੀ ਹੈ, ਕਿਉਂਕਿ ਮੌਸਮ ਬਾਰਿਸ਼ ਹੋ ਕੇ ਹਟੀ ਹੈ ਸਵੇਰੇ। ਅਤੇ ਚਲਾਵਾਂ ਜਾਂ ਨਾ ਚਲਾਵਾਂ, ਦੋ ਮਨ ਹੋ ਰਹੇ ਨੇ, ਇੱਕ ਕਹਿ ਰਿਹਾ ਚਲਾ ਦੇ, ਇੱਕ ਕਹਿ ਰਿਹਾ ਨਾ ਚਲਾ ਦੇ, ਪਰ ਮੈਂ ਚਲਾ ਰੱਖਿਆ, ਫਿਰ ਐਂ ਸੋਚਦੀ ਹਾਂ ਵੀ ਇਹਨੂੰ ਠੰਡ ਨਾ ਲੱਗਦੀ ਹੋਵੇ ਕਿਤੇ। ਚਲੋ, ਅਤੇ ਉਹ ਮੈਨੇ ਅਲਮਾਰੀ 'ਤੇ ਹੀ ਪੂਰੀ ਸੈਟਿੰਗ ਕਰ ਲਈ ਹੈ ਨਾ, ਉੱਪਰਲਾ ਖਾਣਾ ਸ਼ੀਸ਼ੇ ਵਾਲਾ ਖਾਣਾ ਅਤੇ ਨੀਚੇ ਵਾਲਾ ਖਾਣਾ, ਅਤੇ ਹੁਣ ਵੀ ਨਾ ਦਿਲ ਖੁਸ਼ ਹੁੰਦਾ ਹੈ। ਮਤਲਬ ਅਗਰ ਕੋਈ ਸਮਾਨ ਕੱਢਦੀ ਹਾਂ ਤਾਂ ਹਰੇਕ ਸਮਾਨ ਆਪਣੇ ਟਿਕਾਣੇ 'ਤੇ ਐਨ ਵਧੀਆ ਤਰੀਕੇ ਨਾਲ ਮਿਲ ਜਾਂਦਾ ਵੀ ਇੱਥੇ ਆਹ ਚੀਜ਼ ਪਈ ਹੈ। ਨਹੀਂ ਪਹਿਲਾਂ ਮੈਂ ਇਤਨੀ ਦੁਖੀ ਹੋ ਗਈ ਸੀ, ਮਤਲਬ ਦੇਖੋ ਦੁਖੀ ਹੋਣ ਵਾਲੀ ਗੱਲ ਨਹੀਂ ਹੈ, ਮੈਂ ਫਿਰ ਵੀ ਦੁਖੀ ਹੋ ਗਈ ਸੀ ਕਿ ਮੈਨੂੰ ਕੋਈ ਸਮਾਨ ਨਹੀਂ ਮਿਲ ਰਿਹਾ। ਮੈਂ ਰੋਜ਼ ਕਹਿ ਰਹੀ ਸੀ ਤੁਸੀਂ ਮੈਨੂੰ ਸਟੋਰੇਜ ਵਾਸਤੇ ਕੁਛ ਲਿਆ ਦਿਉ ਕੁਛ ਲਿਆ ਦਿਉ, ਅਤੇ ਉਹ ਤਾਂ ਹਜੇ ਤੱਕ ਸਾਡਾ ਆਇਆ ਨਹੀਂ ਹੈਗਾ। ਅਤੇ ਚਲੋ ਫਿਰ ਵੀ ਮੈਂ ਸੋਚਿਆ ਚਲੋ ਮੈਂ ਸਟੋਰੇਜ ਬੈਗ ਮੰਗਵਾ ਕੇ ਜੇ ਉਹ ਆ ਗਏ ਮੇਰੇ ਉਹਨਾਂ 'ਚ ਮੈਂ ਰੱਖ ਦੂੰਗੀ ਸਮਾਨ, ਅਤੇ ਉਹ ਆ ਗਏ ਨੇ ਹੁਣ ਸਮਾਨ ਮੇਰਾ, ਵੈਸੇ ਤਾਂ ਪਿਆ ਇਹਦੇ 'ਚ ਹੀ ਆ, ਦੇਖੋ ਟੇਬਲ 'ਤੇ ਪਿਆ ਵਾ ਸਾਰਾ ਸਮਾਨ ਸਟੋਰੇਜ ਬੈਗ 'ਚ ਪਾ ਪਾ ਕੇ। ਅਤੇ ਐਵੇਂ ਆ ਵੀ ਮੇਰੀ ਅਲਮਾਰੀ ਸੈੱਟ ਹੋ ਗਈ ਹੈ, ਅਲਮਾਰੀ 'ਚ ਹਰੇਕ ਚੀਜ਼ ਆਪਣੀ ਥਾਂ 'ਤੇ ਮਿਲ ਰਹੀ ਹੈ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ। ਹੁੰਦਾ ਹੈ ਨਾ ਜਦੋਂ ਕੋਈ ਚੀਜ਼ ਮਤਲਬ ਖਲਾਰਾ ਪਿਆ ਹੋਵੇ ਤਾਂ ਮਨ ਦੁਖੀ ਹੋ ਜਾਂਦਾ ਆਪਣੇ ਆਪ, ਅਤੇ ਜਦੋਂ ਹਰ ਚੀਜ਼ ਸੈਟਿੰਗ 'ਚ ਹੋਵੇ ਤਾਂ ਮਨ ਖੁਸ਼ ਹੋ ਜਾਂਦਾ। ਬਸ ਮੇਰਾ ਉਹੀ ਹਾਲ ਹੈ, ਮੈਂ ਖਲਾਰਾ ਦੇਖ ਕੇ ਪਰੇਸ਼ਾਨ ਹੋ ਜਾਂਦੀ ਹਾਂ ਬਸ। ਦੋਸਤੋ ਮੈਂ ਹਟੀ ਹਾਂ ਲੈਟਰਿੰਗ ਬਾਥਰੂਮ ਧੋ ਕੇ, ਵਾਸ਼ ਬੇਸ਼ਨ ਧੋਤਾ, ਸਾਡਾ ਵਾਸ਼ ਬੇਸ਼ਨ ਵਾਈਟ ਕਲਰ ਦਾ ਨਾ, ਇਸ ਕਰਕੇ ਰਿੰਗ ਨਾਲ ਬਾਹਲਾ ਖਰਾਬ ਹੋ ਜਾਂਦਾ, ਅਤੇ ਆਹ ਤਾਂ ਉਤਰਿਆ ਨਹੀਂ ਹੈਗਾ ਫਿਰ ਵੀ। ਬਾਥਰੂਮ ਸਾਫ਼ ਕੀਤੇ ਨੇ ਮੈਨੇ, ਵਿਹੜਾ ਵੀ ਉੱਥੋਂ ਤੱਕ ਧੋਤਾ। ਹੁਣ ਮੈਂ ਨਹਾਉਂਗੀ, ਨਹਾ ਕੇ ਫਿਰ ਬਣਾਉਂਗੀ ਇਹਦੇ ਡੈਡੀ ਵਾਸਤੇ ਇੱਕ ਕੱਪ ਚਾਹ, ਉਹ ਬਾਹਰੋਂ ਆਏ ਨੇ, ਹੁਣ ਨਹਾ ਕੇ ਬਣਾਉਂਗੀ ਮਤਲਬ ਉਹਦੇ ਵਾਸਤੇ ਚਾਹ, ਫਿਰ ਮੈਂ ਨਹਾ ਹੀ ਲੈਂਦੀ ਹਾਂ। ਜਾਨਵੀ ਅਤੇ ਭਾਵਨਾ ਆਹ ਦੇਖ ਲਓ ਦੋਨੇ ਕੀ ਕਰ ਰਹੀਆਂ। ਹੈਲੋ ਹੈਲੋ ਗਾਈਸ, ਹੈਲੋ ਗਾਈਸ, ਉਹ ਤੋਤਾ ਖਾਣ ਵਾਲੀਏ ਕਿ ਘੋੜਾ ਖਾ ਰਹੀਆਂ? ਇਹਦੇ ਡੈਡੀ ਕਰ ਰਹੇ ਨੇ ਰੈਸਟ, ਮੈਂ ਤਾਂ ਨਹਾ ਰਹੀ ਹਾਂ, ਨਹਾ ਰਹੀ ਹਾਂ ਉਹ ਤਾਂ ਮੈਂ ਨਹਾ ਕੇ ਆ ਰਹੀ ਹਾਂ। ਹਾਂਜੀ ਦੋਸਤੋ ਮੈਂ ਆ ਗਈ ਹਾਂ ਨਹਾ ਕੇ, ਅਤੇ ਮੈਂ ਹੁਣ ਕਰੂੰਗੀ ਭਾਵਨਾ ਵਾਸਤੇ ਥੋੜ੍ਹਾ ਜਿਹਾ ਪਾਣੀ ਗਰਮ, ਉਹਨੂੰ ਵੀ ਨਹਾਉਣਾ ਵਾ। ਬਾਹਰ ਨਾ ਫਿਰ ਫਿਰ ਕੇ ਉਹ ਦੁਬਾਰਾ ਗੰਦੀ ਹੋ ਜਾਂਦੀ ਹੈ, ਅਤੇ ਇੱਕ ਵਾਰੀ ਸ਼ਾਮ ਨੂੰ ਮੈਂ ਜ਼ਰੂਰ ਨਹਾਉਣਾ, ਥੋੜ੍ਹਾ
ਥੋੜ੍ਹਾ ਜਿਹਾ ਪਾਣੀ ਨਿੱਘਾ ਕਰ ਲੈਂਦੇ ਹਾਂ ਕਿਉਂਕਿ ਮੌਸਮ 'ਚ ਠੰਡਕ ਹੈ, ਹਜੇ ਬਾਰਿਸ਼ ਕਰਕੇ ਮੀਂਹ ਪਿਆ ਸੀ ਉਹਦੇ ਕਰਕੇ ਮੌਸਮ 'ਚ ਥੋੜ੍ਹੀ ਠੰਡਕ ਹੈ। ਇਹਦੇ ਜਿਹੜੀ ਰੈਸਟ ਕਰ ਰਹੇ ਨੇ, ਮੈਂ ਚਾਹ ਬਣਾਉਣੀ ਸੀ ਉਹਨਾਂ ਵਾਸਤੇ, ਉਹ ਕਹਿੰਦੇ ਹੁਣ ਮੈਨੂੰ ਰੈਸਟ ਕਰ ਲੈਣਗੇ ਫਿਰ, ਪਰ ਰਾਤ ਨੂੰ ਸੋਈ ਨਹੀਂ ਹੈਗੀ ਉਹ, ਇਸ ਕਰਕੇ ਫਿਰ ਉਹ ਹੁਣ ਕੰਮ ਤੋਂ ਆ ਕੇ ਫਿਰ ਉਹ ਲੇਟ ਗਏ। ਚਲੋ ਆਪਣੀ ਭਾਵਨਾ ਨਵਾ ਦਾਂਗੇ, ਹੁਣ ਤੂੰ ਮੈਨੂੰ ਪਰੇਸ਼ਾਨ ਦਾ ਕਰੀ ਚੰਗਾ, ਮਸਲ ਜੀ ਕਾਫੀ ਲੈ ਕੇ ਬੈਠੀ ਆ। ਮੈਂ ਦੇਖ ਲਾਂ ਇਹਦੇ ਵਾਸਤੇ ਕੱਪੜੇ ਕਿਹੜੇ ਪਾਉਣੇ ਨੇ, ਭਾਵਨਾ ਨੂੰ ਨਵਾਉਣ ਤੋਂ ਬਾਅਦ ਹੀ ਕਰੂੰਗੀ ਮੈਂ ਆਪਣਾ ਸਿਰ, ਹਜੇ ਮੈਂ ਆਪਣਾ ਸਿਰ ਨਹੀਂ ਕੀਤਾ ਹੈਗਾ। ਮੈਂ ਸੋਚਦੀ ਹਾਂ ਪਹਿਲਾਂ ਆਹ ਕਰ ਲਾਂ, ਪਹਿਲਾਂ ਆਹ ਕਰ ਲਾਂ, ਹੁੰਦਾ ਹੀ ਹੈ ਨਾ ਲੇਡੀਜ਼ ਨੂੰ ਵੀ ਪਹਿਲਾਂ ਆਹ ਵਾਲਾ ਕੰਮ ਖਤਮ ਕਰ ਲਾਂ ਫਿਰ ਆਹ ਕਰ ਲਾਂ, ਆਪਣਾ ਤਾਂ ਫਿਰ ਵੀ ਹੋ ਜੂਗਾ, ਬਸ ਉਹੀ ਚੱਕਰ ਹੈ। ਆਪਾਂ ਕਰ ਲੈਂਦੇ ਹਾਂ ਫਿਰ ਭਾਵਨਾ ਨੂੰ ਲਿਆਉਣ ਦੀ ਤਿਆਰੀ, ਫਿਰ ਮੈਂ ਕਰੂੰਗੀ ਆਪਣਾ ਸਿਰ, ਪਾਣੀ ਹੋਣ ਹੀ ਵਾਲਾ ਵਾ। ਹਾਂਜੀ ਦੋਸਤੋ, ਮੈਂ ਨਵਾ ਤਾ ਭਾਵਨਾ ਨੂੰ, ਅਤੇ ਹੁਣ ਮੈਂ ਬਣਾ ਰਹੀ ਹਾਂ ਇਹਦੇ ਡੈਡੀ ਵਾਸਤੇ ਇੱਕ ਕੱਪ ਚਾਹ। ਭਾਵਨਾ ਵੀ ਨਹਾ ਲਈ ਅਤੇ ਆਪਣੀ ਚਾਹ ਵੀ ਬਣ ਚੱਲੀ ਹੈ, ਇਸ ਤੋਂ ਬਾਅਦ ਕਰੂੰਗੀ ਮੈਂ ਆਪਣਾ ਸਿਰ। ਲਓ ਜੀ ਆਪਣੀ ਚਾਹ ਨੂੰ ਵੀ ਉਬਾਲ ਮਾਣਾ ਵਾਲਾ, ਦੋ ਤਿੰਨ ਉਬਾਲ ਮੈਂ ਦਵਾ ਦੂੰਗੀ ਅਤੇ ਚਾਹ ਆਪਣੀ ਬਣ ਜੂਗੀ।
ਆਹ ਦੇਖ ਲਓ ਨਹਾ ਕੇ ਫਿਰ ਬਾਗੀ ਆ ਜਾ ਉਰੇ ਆ ਜਾ ਫਿਰ ਲਿਬੜੇਂਗੀ ਆ ਜਾ ਮੌਸਮ ਠੰਡਾ ਹੋ ਰਿਹਾ ਉਹ ਗਈ ਦਰਵਾਜ਼ੇ ਕੋਲ ਆ ਜਾ ਉਹ ਖੋਲ ਲਿਆ ਖੋਲ ਲਿਆ ਉਹ ਖੁੱਲ ਗਿਆ ਇਹਨੇ ਹੁਣ ਬਾਹਰ ਭੱਜਣਾ ਆ ਬਿੱਲੀ ਆ ਗਈ ਬਿੱਲੀ ਇਹ ਹੱਥ ਨਾ ਅਜੇ ਆ ਗਈ ਹੱਥ ਆ ਗਿਆ ਚਲੋ ਅੰਦਰ ਚਲੋ ਹੱਥ ਆ ਜੂਗਾ ਹੱਥ ਹੱਥ ਆ ਜੂਗਾ ਆ ਚੱਕ ਲਓ ਆ ਲੈ ਲਓ ਚਲੋ ਫਰੈਂਡਸ ਹੋ ਗਿਆ ਸ਼ਾਮ ਦਾ ਟਾਈਮ ਅਤੇ ਸ਼ਾਮ ਨੂੰ ਭਾਵਨਾ ਨਹਾਈ ਸੀ ਨਾ ਸ਼ਾਮ ਨੂੰ ਅਤੇ ਉਹ ਫਿਰ ਸੋ ਗਈ ਹੈ ਭਾਵਨਾ ਨਹਾ ਕੇ ਜਾਨਵੀ ਹਜੇ ਵੀ ਹੋਮਵਰਕ ਕਰ ਰਹੀ ਹੈ ਅਤੇ ਮੈਂ ਹੋ ਰਹੀ ਸੀ ਰਸੋਈ ਦੀ ਤਰਫ ਇਹਦੇ ਡੈਡੀ ਗਏ ਨੇ ਪੜੋਸ 'ਚ ਦੁੱਧ ਬੰਨਾ ਰੱਖਿਆ ਹੋਇਆ ਮੈਂ ਇੱਧਰ ਆ ਵੀ ਰੱਖਿਆ ਹੋਇਆ ਅਤੇ ਰੋਟੀਆਂ ਦੀ ਤਿਆਰੀ ਹੋ ਰਹੀ ਹੈ ਦੇਖੋ ਮੈਂ ਰੋਟੀ ਬਣਾਉਣ ਲੱਗੀ ਸੀਗੀ ਸਬਜ਼ੀ ਮੇਰੀ ਬਣ ਗਈ ਹੈ ਬਸ ਹੁਣ ਮੈਂ ਰੋਟੀ ਬਣਾ ਕੇ ਭਾਂਡੇ ਵੀ ਮੈਂ ਮਾਂਜ ਕੇ ਹਟੀ ਹਾਂ ਹਜੇ ਅਤੇ ਟਾਈਮ ਹੋ ਗਿਆ ਹੈ ਸਵਾ ਸੱਤ ਦਾ ਹਾਂਜੀ ਦੋਸਤੋ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਇਸ ਵਲੋਗ ਦੀ ਐਂਡਿੰਗ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਾ ਹੋਵੇ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਬਾਏ ਬਾਏ।